ਕਰਤਾਰਪੁਰ ਦੀ ਮੋਹਰੀ ਕੱਢਾਂਗੇ, ਜਿੱਥੋਂ ਦਾ ਲਾਂਘਾ ਖੁੱਲਣ ਦੀ ਅੱਜ ਗੱਲ ਚੱਲਦੀ ਹੈ। ਤਾਂ ਕਿ ਉਹ ਕਰੋੜੀ ਦੀ ਜ਼ਮੀਨ ਹੈ, ਮਹਾਰਾਜ ਨੇ ਗੱਡ ਕੇ ਆਪਣੇ ਦਸਤੇ ਮੁਬਾਰਕ ਦੇ ਨਾਲ ਮੋਹਰੀ ਕਰਤਾਰਪੁਰ ਦੀ ਰਚਨਾ ਇੰਜ ਕੀਤੀ ਹੈ। ਬਦਲ ਅਨੰਦ ਕਬੀਰ ਆ ਗਿਆ, ਜਾ ਰਾਏ ਕਬੀਰ ਆ ਗਿਆ, ਪੁੰਨਿਆ ਦਾ ਅੰਮ੍ਰਿਤ ਵੇਲਾ, ਕਿਰਪਾ ਕਰ ਲਾਲ ਸੋਹਿਲਾ ਯਾਰ, ਪੈਦਾ ਢੇਰ ਖੁਸ਼ੀਆਂ ਨੂੰ ਲੈ ਕੇ ਮੋਹਰੀ ਕੋਰ ਤਾਰਪੁਰ ਦੀ ਗੁਰਾ ਗੱਡ ਦੀ ਵਾਹਿਗੁਰੂ ਕਹਿ ਕੇ ਮੋਹਰੀ ਕੋਰ ਤਾਰਪੁਰ ਦੀ ਸਤਿਗੁਰ ਨੇ ਪਿੰਡ ਵਸਾਇਆ, ਸੇਵਾ ਦਾ ਕੁੰਭ ਰਚਾਇਆ, ਲੱਗਾ ਫਿਰ ਪਾਰਾ ਮੇਲਾ, ਕਰਨਾ ਜੇ ਜਨਮ ਸੇਲਾ ਲਾਲ ਖੱਟ ਲਵ ਸਿੱਖਦਾ।
ਹਰੀ ਨੂੰ ਸੀਸ ਝੁਕਾਉਣ ਲਈ ਲੱਖਾਂ ਸ਼ਹਿਰ ਗਲੋਂ ਪਹੁੰਚਦੇ। ਸੰਤ ਮਹਾਂਪੁਰਖ ਬਾਬਾ ਨਾਜਰ ਸਿੰਘ ਸਾਹਿਬ ਜੀ ਉਹਨਾਂ ਨੂੰ ਯਾਦ ਕਰਦਿਆਂ ਬੜਾ ਪਿਆਰ ਵੀਰਾਂ ਵੱਲੋਂ, ਭੈਣਾਂ ਵੱਲੋਂ, ਬੱਚਿਆਂ ਵੱਲੋਂ ਪਹੁੰਚ ਰਿਹਾ ਹੈ। ਸਭਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਗੁਣਾ ਕਰਕੇ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਿਹਾ, ਜਿੱਥੇ ਉਹਨਾਂ ਦਾ ਵਡਾਪਨ, ਉਹਨਾਂ ਦੀਆਂ ਚੰਗਿਆਈਆਂ ਦਾ ਅੱਗੇ ਜ਼ਿਕਰ ਕੀਤਾ ਹੈ। ਇੱਕ ਖਾਸ ਨੁਕਤਾ ਹੈ, 35 ਵਿਦਿਆਰਥੀਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਵਿੱਚ ਬਖਸ਼ਿਸ਼ ਕੀਤੀ। ਮੈਂ ਸਮਝਦਾ ਹਾਂ 35 ਗੁਰਮੁਖ ਪਿਆਰੇ ਬੜੇ ਕਰਮਾਂ ਵਾਲੇ ਆਏ, ਜਿਨ੍ਹਾਂ ਨੇ ਉਸ ਸਾਧੂ ਦਾ ਸੰਗ ਮਾਣਿਆ, ਸੰਗਤ ਕੀਤੀ। ਜਦੋਂ ਸਾਧੂ ਚਿਹਰੇ ਦੀਆਂ ਰਿਸ਼ਮਾਂ ਸੁੱਟਦਾ ਹੋਏਗਾ ਇਹਨਾਂ ਸੇਵਕਾਂ ਉੱਤੇ, ਮੈਂ ਸਮਝਦਾ ਹਾਂ ਰੋਮ ਰੋਮ ਗੁਣਾਂ ਦੇ ਨਾਲ ਉਹਨਾਂ ਦਾ ਭਰਪੂਰ ਹੋ ਜਾਂਦਾ। ਵਾਹਿਗੁਰੂ ਕਿਰਪਾ ਕਰੇ, ਤੁਹਾਨੂੰ ਬਲ ਬਖਸ਼ੇ, ਹਰ ਸਾਲ ਇਸੇ ਤਰ੍ਹਾਂ ਵੱਧ ਚੜ੍ਹ ਕੇ ਉਹਨਾਂ ਮਹਾਂਪੁਰਖਾਂ ਦਾ ਇਹ ਮੁਬਾਰਕ ਯਾਦਗਾਰੀ ਦਿਹਾੜਾ ਆਪਾਂ ਮਨਾ ਕੇ ਲਾਹਾ ਲੈਂਦੇ ਰਹੀ। ਸਭਨਾਂ ਦਾ ਧੰਨਵਾਦ ਕਰਦਾ, ਪਿਆਰ ਭੇਜਿਆ ਹੈ, ਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ। ਭਾਈ ਸਤਵੰਤ ਸਿੰਘ ਜੀ ਉਹਨਾਂ ਵੱਲੋਂ ਵੀ ਮਾਇਕ ਸਹਾਇਤਾ ਮਾਇਆ ਦੇ ਰੂਪ ਵਿੱਚ ਪਿਆਰ ਹਾਜ਼ਰ ਹੈ। ਜਿਉਂ ਆਇਆ ਕਹਿੰਦਾ ਸਤਿਗੁਰੂ ਪਾਤਸ਼ਾਹ ਨਾਮਦਾਨ ਦੀਆਂ ਦਾਤਾਂ ਦਰੋਂ ਕਰੋਂ, ਸੇਵਕਾਂ ਦੀ ਝੋਲੀ ਵਿੱਚ ਪਾ ਕੇ ਕਰਤਾਰਤ ਕਰਨ। ਗੱਲ ਕਰਤਾਰਪੁਰ ਸਾਹਿਬ ਦੇ ਵਸਣ ਦੀ ਕਰ ਰਿਹਾ ਹਾਂ। ਇੱਕ ਸ਼ਬਦ ਬੜਾ ਪਵਿੱਤਰ ਹੈ, ਉਹ ਸ਼ਬਦ ਹੈ ਕਾਰ ਸੇਵਾ। ਕਾਰ ਸੇਵਾ ਦਾ ਦਰਾ ਅਸਲ ਆਗਾਜ਼ ਕਰਤਾਰਪੁਰ ਸਾਹਿਬ ਦੇ ਅਸਥਾਨ ਤੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤਾ। ਇਹ ਵੱਖਰੀ ਗੱਲ ਹੈ ਵੀ ਜ਼ਮਾਨੇ ਦੇ ਨਾਲ ਬਹੁਤ ਕੁਝ ਬਦਲ ਜਾਂਦਾ ਹੈ, ਸ਼ਬਦਾਂ ਦੇ ਅਰਥ ਬਦਲ ਜਾਂਦੇ ਹੈ, ਮਨੁੱਖੀ ਸੋਚ ਬਦਲ ਜਾਂਦੀ ਹੈ। ਅੱਜ ਕਈ ਵਾਰੀ ਇਹ ਵੀ ਸ਼ਬਦ ਸੁਣਨ ਨੂੰ ਮਿਲਦੇ ਕਾਰ ਸੇਵਾ ਨਹੀਂ, ਇਹ ਬੇਕਾਰ ਸੇਵਾ। ਗੱਲ ਮੈਂ ਅੱਗੇ ਵੀ ਮਨੁੱਖੀ ਬਿਰਤੀ ਦੀ ਕੀਤੀ ਹੈ, ਪਰ ਜੇ ਕਾਰ ਸੇਵਾ ਦਾ ਇਤਿਹਾਸ ਤੇ ਜੜ ਲੱਭਣੀ ਹੋਵੇ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਯੁੱਗ ਵਿੱਚ ਪ੍ਰਾਰੰਭ। ਮਹਾਰਾਜ ਕਹਿੰਦੇ ਸ਼ਰਤਾਂ ਨਾ ਰੱਖ ਭੋਲਿਆ, ਜੇ ਖੱਟੀ ਖੱਟਣੀ ਚਾਹੁੰਦਾ ਹੈ ਤੇ ਸੇਵਾ ਨਿਸ਼ਕਾਮ ਕਰ, ਉਹਨੇ ਹੱਥ ਜੋੜ ਦੇ। ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਮੋਹਰੀ ਗੱਡੀ ਨੀਂਹ ਰੱਖ ਦਿੱਤੀ ਪਿੰਡ ਆਬਾਦ ਕਰਨ ਲਈ। ਚਰਚਾ ਹੋ ਗਿਆ ਚਾਰ ਸਵੇਰੇ ਕੋਈ ਰੂਹਾਨੀ ਜੋਤ ਆਈ ਹੈ ਤੇ ਰਾਵੀ ਦਰਿਆ ਦਾ ਕੰਢਾ ਮੱਲ ਕਰੋੜੀ ਦੀ ਜ਼ਮੀਨ ਵਿੱਚ ਪਿੰਡ ਬੱਝ ਰਿਹਾ, ਨਾਂ ਕਰਤਾਰਪੁਰ ਹੈ। ਵਸ ਗਿਆ ਕਰਤਾਰਪੁਰ, ਸੈਂਕੜੇ ਬੁਲਾਖੀਆਂ ਨੇ ਸ਼ਰਧਾ ਨਾਲ ਉੱਥੇ ਸੇਵਾ ਕੀਤੀ। ਮੈਂ ਸਮਝਦਾ ਉਹ ਵੱਡਿਆਂ ਨਸੀਬਾਂ ਵਾਲੇ ਹੋਣਗੇ, ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕੇ ਕਰਤਾਰਪੁਰ ਦੀ ਸੇਵਾ ਵਿੱਚ ਜਿੰਨਾ ਯੋਗਦਾਨ। ਕੋਈ ਮਾਇਆ ਦੇ ਸਕਦਾ, ਹੱਥੀ ਸੇਵਾ ਨਹੀਂ ਕਰ ਸਕਦਾ, ਕੋਈ ਮਾਇਆ ਦੇਣ ਜੋਗਾ ਨਹੀਂ, ਉਹ ਧਨ ਦੇ ਨਾਲ ਸੇਵਾ ਕਰਦਾ। ਕੋਈ ਧਨ ਨਹੀਂ ਦੇ ਸਕਦਾ, ਤਰਨਾ ਵੀ ਸੇਵਾ ਨਹੀਂ ਕਰ ਸਕਦਾ, ਪਰ ਮਨ ਕਰਕੇ ਉਹ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ, ਉਹ ਵੀ ਪਰਵਾਰ। ਸਿੱਖ ਧਰਮ ਅੰਦਰ 3 ਤਰੀਕਿਆਂ ਦੀ ਸੇਵਾ ਹੈ, ਤਨ ਮਨ ਔਰ ਧਨ ਦੇ ਨਾਲ। ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਮੋਹਰੀ ਗੱਡ ਕੇ ਨਗਰ ਆਬਾਦ ਕਰ ਦਿੱਤਾ, ਇੱਥੇ ਪ੍ਰਜਾ ਵਸ।
ਨਵੇਂ ਨਗਰ ਆਬਾਦ ਕਰਨ ਦੀ ਪਰੰਪਰਾ ਭਾਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤੀ ਹੈ। ਇਤਿਹਾਸ ਦੀ ਹਕੀਕਤ ਹੈ ਇਹ ਪ੍ਰਕਿਰਿਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ ਜਾਰੀ ਰਹੀ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜ਼ਿੰਦਗੀ ਨਾਮਾ ਪੜ੍ਹੋ, ਉਹ ਖਡੂਰ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਪੜ੍ਹੋ, ਉਹਨਾਂ ਨੇ ਬਿਆਸ ਦਰਿਆ ਦੇ ਲਹਿੰਦੇ ਕੰਢੇ ਗੋਂਦੇ ਖੱਤਰੀ ਦੀ ਜ਼ਮੀਨ ਵਿੱਚ ਪਿੰਡ ਵਸਾਇਆ, ਨਾਂ ਰੱਖਿਆ ਗੋਇੰਦਵਾਲ। ਅੱਜ ਉਹਨੂੰ ਗੋਇੰਦਵਾਲ ਸਿੱਖੀ ਦਾ ਧੁਰਾ ਆਖਿਆ ਜਾਂਦਾ। ਉੱਥੇ 84 ਪੌੜੀਆਂ ਵਾਲੀ ਬੌਲੀ ਦਾ ਨਿਰਮਾਣ ਮਹਾਰਾਜ ਨੇ ਕੀਤਾ। ਕੜ ਨਹੀਂ ਸੀ ਟੁੱਟਦਾ, ਮਾਨਕ ਨੂੰ ਕਿੱਲਾ ਫੜਾ ਕੇ ਪੌੜੀਆਂ ਤਾਰ ਦਿੱਤਾ। ਮਹਾਰਾਜ ਕਹਿੰਦੇ ਕਿੱਲਾ ਠੋਕ, ਉਹ ਵਿਸਾਖੀ ਦਾ ਦਿਨ ਸੀ ਜਦੋਂ ਥੌੜੇ ਦੀ ਸੱਟ ਮਾਰੀ ਬੌਲੀ ਦਾ ਕੜ ਕੜਚ ਕਰਕੇ ਟੁੱਟ, ਨਾਲ ਹੀ ਮਾਨਕ ਪਾਣੀ ਦੇ ਵਹਿਣ ਵੀ ਡੁੱਬ ਗਿਆ। ਲਾਲਾ ਲਾਲਾ ਹੋ ਗਈ ਵੀ ਕੜ ਤੋੜਨ ਲਈ ਕਿੱਲਾ ਠੋਕਣ ਵਾਲਾ ਮਾਨਕ ਪਾਣੀ ਵਿੱਚ ਬੌਲੀ ਵੀ ਡੁੱਬ ਗਿਆ। ਮਹਾਰਾਜ ਕੋਲੇ ਸੇਵਕ ਗਏ, ਹਜ਼ੂਰ ਕਹਿੰਦੇ ਉਹ ਮਾਨਕ ਨਹੀਂ ਉਹ ਜੀਵਨ ਹੈ, ਉਹਨੂੰ ਨਵੀਂ ਜ਼ਿੰਦਗੀ ਕੁਦਰਤ ਨੇ ਦਿੱਤੀ। ਕਹਿੰਦੇ ਬਚ ਗਿਆ, ਵਿਗੜਿਆ ਹੀ ਕੱਖ ਨਾ, ਔਰ ਉਹਦਾ ਮੁੜ ਕੇ ਨਾ ਜੀਵਨ ਪੈ ਗਿਆ, ਮਹਾਰਾਜ ਦੇ ਚਰਨਾਂ ਵਿੱਚ ਸੇਵਾ ਨਿਭਾਉਂਦਾ। ਹਜ਼ੂਰ ਨੇ ਵਰ ਦਿੱਤਾ 84 ਜਪਜੀ ਦੇ ਪਾਠ, ਔਰ 84 ਇਸ਼ਨਾਨ ਜਿਹੜਾ ਭਾਵਨਾ ਨਾਲ ਕਰੇਗਾ ਉਹ ਜਮਾਂ ਦੇ ਗੇੜ ਤੋਂ ਮੁਕਤ ਹੋ ਜਾਵੇ। ਇੱਕ ਸਿੱਖ ਧਰਮ ਐਸਾ ਜਿੱਥੇ ਜਿਉਂਦਾ ਬੰਦਾ ਮੁਕਤੀ ਦੀ ਦਾਤ ਦਾ ਪਾਤਰ ਬਣ ਸਕਦਾ, ਜੇ ਉਹਦਾ ਹਿਰਦਾ ਸ਼ੁੱਧ ਹੈ, ਆਤਮਾ ਪਵਿੱਤਰ ਹੈ, ਗੁਣ ਗ੍ਰਹਿਣ ਕਰਨ ਦਾ ਰੱਬ ਦੇ ਭੈ ਵਿੱਚ ਰਹਿੰਦਾ ਹੈ, ਉਹ ਤਰ ਜਾ। ਤੇ ਜਿੱਥੇ ਮਰਨ ਤੋਂ ਬਾਅਦ ਮੁਕਤੀ ਦੀਆਂ ਗੱਲਾਂ ਚੱਲਦੀਆਂ ਉੱਥੇ ਕੋਈ ਸਰਟੀਫਿਕੇਟ ਥੋੜਾ ਦਿੰਦਾ ਵੀ ਗਰੰਟੀ ਹੈ ਮੁਕਤੀ ਮਿਲ ਜਾਏ। ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਅੰਮ੍ਰਿਤ ਦੋ ਸ਼ਬਦਾਂ ਦਾ ਜੋੜ ਹੈ, ਆ ਵੱਖਰਾ ਹੈ ਮ੍ਰਿਤ ਵੱਖਰਾ ਹੈ, ਮ੍ਰਿਤ ਦਾ ਅਰਥ ਹੈ ਮੌਤ, ਆ ਦਾ ਅਰਥ ਹੈ ਰਹਿਤ, ਆ ਮ੍ਰਿਤ ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲੀ ਸ਼ਕਤੀ। ਜਿਹੜਾ ਖੰਡੇ ਦੀ ਪੌਲ ਲੈ ਲੈਂਦਾ ਤੇ ਪੰਜ ਬਾਣੀਆਂ ਚ ਰੱਖਦਾ ਵਿਸ਼ਵਾਸ, ਫੇਰ ਭਾਵੇਂ 18 ਸਿਰ ਦਾ ਖੰਡਾ ਹੱਥ ਵਿੱਚ ਹੋਵੇ, ਵੈਰੀ ਵਾਰ ਕਰੇ ਗਰਦਨ ਵੱਡੀ ਜਾਏ ਤੇ ਉਹ ਤਾਂ ਵੀ ਪਰਵਾਹ ਨਹੀਂ ਕਰਦਾ, ਭਾਵੇਂ ਮੌਤ ਦਾ ਪੈ ਹੀ ਲੱਥ ਜਾਂਦਾ ਹੈ। ਜਿਹੜਾ ਬਾਣੀ ਵਿੱਚ ਅਕੱਟ ਭਰੋਸਾ ਤੇ ਖੰਡੇ ਦੀ ਪੌਲ ਵਿੱਚ ਯਕੀਨ ਰੱਖਦਾ ਹੈ, ਇਹੋ ਹੀ ਤਰ੍ਹਾਂ ਅਸਲ ਮੁਕਤੀ ਹੈ। ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣਨ ਵਾਲੇ, ਬਾਣੀ ਪੜ੍ਹਨ ਵਾਲੇ, ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਦਰਗਾਹ ਅੰਦਰ ਸਲਾਹੇ ਜਾਂਦੇ ਆ, ਸਤਿਕਾਰੇ ਜਾਂਦੇ। ਗੱਲ ਕਰ ਰਿਹਾ ਸਾਂ ਨਗਰ ਵਸਾਉਣ ਦੀ। ਜੋ ਗਾਇਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ, ਉਹਨਾਂ ਨੇ ਗੁਰੂ ਕੇ ਚੱਕ ਦੀ ਮੋਹਰੀ ਕੱਢੀ, ਜਿਹਨੂੰ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਆਖਿਆ ਜਾਂਦਾ। ਅੱਗੇ ਜੋ ਗਾਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ, ਉਹਨਾਂ ਤਰਨ ਤਾਰਨ ਹੋਂਦ ਵਿੱਚ ਲਿਆਂਦਾ ਤੇ ਵਰ ਦਿੱਤਾ ਤਰਨ ਤਾਰਨ ਦੁੱਖ ਨਿਵਾਰਨ। ਤਵਾਰੀਖ ਪੜ੍ਹੋ ਤਰਨ ਤਾਰਨ ਸਾਹਿਬ ਦੀ, ਉੱਥੇ ਪਾਣੀ ਦੀ ਇਕੱਲੀ ਢਾਬ ਸੀ, ਲੋਕਾਂ ਦੇ ਨੌਜਵਾਨ ਮੁੰਡਿਆਂ ਮਾਲ ਢਾਂਡਾ ਚਾਰਨਾ ਤੇ ਉੱਥੇ ਇਸ਼ਨਾਨ ਕਰਨਾ। ਕਹਿੰਦੇ ਇੱਕ ਕੋੜਾ ਡੁੱਬ ਗਿਆ, ਉਹਦੀ ਮੌਤ ਹੋ ਗਈ, ਡਰਦਾ ਕੋਈ ਬੰਦਾ ਉਸ ਢਾਬ ਤੇ ਮੁੜ ਕੇ ਨਹਾਉਣ ਨਾ ਗਿਆ। ਤੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਉੱਥੇ ਡੇਰਾ ਲਾਇਆ ਨਾ ਤਰਨ ਤਾਰਨ ਵਸਾਉਣ ਲਈ, ਉਹ ਨੌਜਵਾਨ ਮੁੰਡੇ ਗਏ ਤੇ ਕਹਿੰਦੇ ਮਹਾਰਾਜ ਹੁਣ ਸਾਡੇ ਮਾਪੇ ਵੀ ਡਰਦੇ ਆ, ਸਾਨੂੰ ਤੇ ਕੋਈ ਇੱਥੇ ਆਉਣ ਨਹੀਂ ਦਿੰਦਾ, ਤੁਸੀਂ ਇੱਥੇ ਕੀ ਲੈਣ ਆਏ? ਮਹਾਰਾਜ ਨੇ ਆਖਿਆ ਜਿਹੜੀ ਥਾਂ ਤੋਂ ਡਰਦੇ ਹੋ ਇਹ ਤਰਨ ਤਾਰਨ ਹੈ, ਦੁੱਖ ਨਿਵਾਰਨ ਹੈ, ਜਿਹੜਾ ਇਸ਼ਨਾਨ ਕਰੇਗਾ ਉਹਦਾ ਕਲਿਆਣ ਹੋ ਜਾਏਗਾ। ਹਰ ਬੰਦੇ ਨੂੰ ਸ਼ਾਇਦ ਇਹ ਗੱਲ ਰਾਸ ਨਾ ਆਏ,
ਪਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਤਰਨ ਤਾਰਨ ਸਾਹਿਬ ਦੀ ਬਾਰਗਾਹ ਤੋਂ ਜੋ ਕੁਝ ਮੈਂ ਖੱਟਿਆ ਨਾ ਮੈਂ ਦੱਸ ਨਹੀਂ ਸਕਦਾ। ਹਰ ਮੱਸਿਆ ਉੱਥੇ ਚੜ੍ਹਦੀ ਕਲਾ ਨਾਲ ਪੰਥ ਮਨਾਉਂਦਾ ਹੈ। 2:30 ਵਜੇ ਇਸ਼ਨਾਨ ਕਰਕੇ ਪੈਰਾਂ ਤੋਂ ਜੋੜਾ ਲਾ ਕੇ ਮੈਂ ਚਲਿਆ ਜਾਂਦਾ ਹੈ। ਸਰੋਵਰ ਵਿੱਚ ਕਰਕੇ ਇਸ਼ਨਾਨ ਤੇ 5:30 ਵਜੇ ਨੂੰ ਘਰ ਆ ਜਾਈਦਾ ਹੈ। ਨਿਆਮਤਾਂ ਹੀ ਨਿਆਮਤਾਂ ਤੇ ਬਰਕਤਾਂ ਹੀ ਬਰਕਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਵੇਖੀ। ਸਭ ਤੋਂ ਫੇਰ ਮਨੁੱਖ ਮੈਂ ਆਪਣੇ ਆਪ ਨੂੰ ਮੰਨਦਾ, ਜਿੰਨਾ ਚਿਰ ਪੜ੍ਹਦਾ ਰਿਹਾ ਮੇਰਾ ਨਿਸ਼ਾਨਾ ਹੀ ਕੋਈ ਨਹੀਂ, ਕੀ ਬਣਨਾ ਹੈ ਕੀ ਕਰਨਾ ਹੈ। ਇੱਕ ਦਿਸ਼ਾਹੀਨ ਬੰਦਾ ਅੱਜ ਪੂਰੇ ਸੰਸਾਰ ਵਿੱਚ ਬਤੌਰ ਕਵੀਸ਼ਰ ਸਨਮਾਨਿਆ ਗਿਆ, ਸਲਾਹਿਆ ਗਿਆ। ਇਹ ਦੇਣ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਧੂੜੀ ਦੀ। ਸਿਦਕ ਵਾਲੇ ਤਰ ਜਾਂਦੇ ਆਏ, ਬੇਸਿਦਕੇ ਤੇ ਗੁਰੂ ਨਾਲ ਸਿਆਣੇ ਬਣਨ ਵਾਲੇ ਕਈ ਵਾਰ ਵਾਂਝੇ ਰਹਿ ਜਾਂਦੇ। ਮਹਾਰਾਜ ਨੇ ਤਰਨ ਤਾਰਨ ਬਾਲ ਕੀਤਾ, ਗੱਲ ਅੱਗੇ ਦੀ ਕਰਾਂ। ਯੁੱਗ ਆਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ, ਉਹਨਾਂ ਨੇ ਬਾਬਾ ਬੁੱਢਣ ਸ਼ਾਹ ਤੋਂ ਮੋਹਰੀ ਗੜਵਾ ਕੇ ਬਾਬੇ ਗੁਰਦਿੱਤੇ ਦੀ ਦੇਖ ਰੇਖ ਦੇ ਅੰਦਰ ਕੀਰਤਪੁਰ ਸਾਹਿਬ ਦਾ ਨਿਰਮਾਣ ਕਰ ਦਿੱਤਾ। ਫਿਰ ਨਵੇਂ ਪਾਤਸ਼ਾਹ ਦਾ ਸਮੇਂ ਦਾ ਇਤਿਹਾਸ ਪੜ੍ਹੋ। 3 ਪਿੰਡਾਂ ਦੀ ਜ਼ਮੀਨ ਮੁੱਲ ਲਈ ਮਾਖੋਵਾਲ ਦੇ ਥੇ ਨੂੰ ਮਹਾਰਾਜ ਨੇ ਆਬਾਦ ਕੀਤਾ, ਨਾਂ ਦਿੱਤਾ ਚੱਕ ਨਾਨਕੇ। ਫਿਰ ਖੁਸ਼ੀ ਵਿੱਚ ਝੂਮ ਕੇ ਮਹਾਰਾਜ ਨੇ ਕਹਿ ਦਿੱਤਾ, ਇਹ ਆਨੰਦਾਂ ਦੀ ਪੁਰੀ ਹੈ, ਭਾਵ ਖੁਸ਼ੀਆਂ ਦਾ ਸ਼ਹਿਰ ਹੈ। ਦੁਨੀਆਂ ਦੇ ਇਤਿਹਾਸ ਅੰਦਰ ਇੱਕੋ ਇੱਕ ਸ਼ਹਿਰ ਖੁਸ਼ੀਆਂ ਦਾ ਸ਼ਹਿਰ ਹੈ, ਉਹ ਹੈ ਸ੍ਰੀ ਆਨੰਦਪੁਰ ਸਾਹਿਬ, ਜਿੱਥੇ ਖਾਲਸੇ ਪੰਥ ਦੀ ਸਿਰਜਣਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕੀਤੀ। 10ਵੇਂ ਪਾਤਸ਼ਾਹ ਨੇ ਉਹ ਪ੍ਰਕਿਰਿਆ ਨਹੀਂ ਛੱਡੀ, ਗੁਰੂ ਕਾ ਲਾਹੌਰ ਵਸਾਇਆ ਔਰ ਪੌਂਟਾ ਸਾਹਿਬ ਵਰਗੇ ਨਗਰ ਆਬਾਦ ਕਰਕੇ ਫਿਰ 52 ਕਵੀਸ਼ਰ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਰੱਖ ਕੇ ਮਾਲਾ ਮਾਲ ਕਰ ਦਿੱਤਾ। ਇਹ ਪਿੰਡ ਇਕੱਲੇ ਮਹਾਰਾਜ ਨੇ ਵਸਾ ਕੇ ਮਾਲਾ ਹੀ ਨਹੀਂ ਫੇਰੀ, ਸਿੱਖੀ ਦਾ ਪ੍ਰਚਾਰ ਹੀ ਨਹੀਂ ਕੀਤਾ। ਪ੍ਰਾਪਤਨ ਇਤਿਹਾਸ ਪੜ੍ਹ ਕੇ ਵੇਖਿਆ ਜਾਏ, ਗੁਰੂ ਵਸਾਏ ਪਿੰਡਾਂ ਵਿੱਚ ਹਿੰਦੁਸਤਾਨ ਦੀਆਂ ਸਭ ਤੋਂ ਵੱਡੀਆਂ ਵਪਾਰ ਦੀਆਂ ਮੰਡੀਆਂ ਵੀ ਰਹੀਆਂ। ਅੰਮ੍ਰਿਤਸਰ ਦੀ ਗੱਲ ਕਰਾਂ, ਉਹ ਭਾਰਤ ਦੀ ਬਹੁਤ ਵੱਡੀ ਸੂਤ ਦੀ ਮੰਡੀ ਰਿਹਾ। ਤਰਨ ਤਾਰਨ ਸਾਹਿਬ ਦੀ ਗੱਲ ਕਰਾਂ, ਉਹ ਹਿੰਦੁਸਤਾਨ ਦੀ ਬਹੁਤ